ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ ਟੂਰਿਸਟਲ ਇੰਡੀਆ ਤੋਂ। ਦੋਸਤੋ, ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਤੁਹਾਡੇ ਮੂਹਰੇ ਆਪਦੀ ਇੱਕ ਨਵੀਂ ਸਕਸੈਸ ਸਟੋਰੀ ਲੈ ਕੇ ਹਾਜ਼ਰ ਹਾਂ ਜੀ। ਮੇਰੇ ਹੱਥ 'ਚ ਹੈਗਾ ਜੀ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ। ਮੇਰੇ ਨਾਲ ਖੜ੍ਹੇ ਨੇ ਜੈਦੀਪ ਸਿੰਘ ਗਿੱਲ। ਇਹਨਾਂ ਦਾ ਪਿੰਡ ਹੈਗਾ ਸ਼ੇਰਪੁਰ, ਹੁਸ਼ਿਆਰਪੁਰ ਕੋਲ ਪਿੰਡ ਇਹਨਾਂ ਦਾ ਸ਼ੇਰਪੁਰ ਖੰਮਾ। ਅਤੇ ਇਹਨਾਂ ਦੋਸਤੋ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਲੱਗ ਕੇ ਆਇਆ। ਅਤੇ ਇਹਨਾਂ ਦੀ ਏਜ ਹੈਗੀ ਹੈ 17 ਸਾਲ, ਹਲੇ ਸਟੂਡੈਂਟ ਨੇ। ਅਤੇ ਮਹਾਰਾਜ ਨੇ ਕਿਰਪਾ ਕੀਤੀ ਹੈ, ਇਹਨਾਂ ਦਾ ਜਿਹੜਾ ਵੀਜ਼ਾ ਹੈਗਾ 3 ਸਾਲਾਂ ਦਾ, 17 ਸਾਲ ਦੀ ਉਮਰ ਦੇ ਵਿੱਚ 3 ਸਾਲਾਂ ਦਾ ਆਸਟ੍ਰੇਲੀਆ ਦਾ ਵੀਜ਼ਾ, ਮਲਟੀਪਲ ਐਂਟਰੀ ਵੀਜ਼ਾ ਲੱਗ ਕੇ ਆਇਆ। ਸੋ ਜੈਦੀਪ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਜੈਦੀਪ ਤੁਸੀਂ ਸਾਡੇ ਬਾਰੇ, ਸਾਡੀ ਕੰਪਨੀ ਬਾਰੇ, ਸਾਡੀ ਸਰਵਿਸ ਬਾਰੇ 2 ਸ਼ਬਦ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਸਰ, ਸਾਨੂੰ ਗਾਈਡ ਕੀਤਾ ਤੁਸੀਂ। ਅਤੇ ਸਰ, ਮੈਂ ਤਾਂ ਇਹੀ ਕਹੂੰਗਾ ਕਿ ਜਿੰਨੇ ਵੀ ਵੀਜ਼ਾ ਵਗੈਰਾ ਲਵਾਉਣਾ ਇੱਥੇ ਹੀ ਵਿਜ਼ਿਟ ਕਰੇ, ਕਿਉਂਕਿ ਤੁਹਾਡੀ ਗਾਈਡਲਾਈਨ ਬਹੁਤ ਵਧੀਆ ਹੈ। ਬਹੁਤ ਥੈਂਕ ਯੂ ਜੀ, ਸ਼ੁਕਰੀਆ। ਮੇਰੇ ਨਾਲ ਨੇ ਜੈਦੀਪ ਦੇ ਫਾਦਰ ਅਤੇ ਮਦਰ। ਸਰ, ਤੁਸੀਂ ਸਾਡੇ ਬਾਰੇ, ਸਾਡੀ ਕੰਪਨੀ ਬਾਰੇ ਕੀ ਕਹਿਣਾ ਚਾਹੋਗੇ ਜੀ? ਸਾਡੀ ਵੀਡੀਓ ਅਸੀਂ ਦੇਖ ਕੇ ਟੂਰਿਸਟ ਇੰਡੀਆ ਆਏ ਸੀ। ਠੀਕ ਹੈ ਜੀ। ਸਾਡਾ ਵੀਜ਼ਾ ਬੀਟੇ ਦਾ ਜੈਦੀਪ ਗਿੱਲ ਦਾ 2 ਮਹੀਨੇ ਦੇ ਅੰਦਰ ਅੰਦਰ ਲੱਗ ਗਿਆ, ਆਸਟ੍ਰੇਲੀਆ ਹੋ ਗਿਆ, ਕੈਨੇਡਾ ਹੋ ਗਿਆ। ਤੁਸੀਂ ਸਾਡੀਆਂ ਅਕਸਰ ਵੀਡੀਓਜ਼ ਦੇਖਦੇ ਹੋ, ਅਸੀਂ ਯੰਗ ਏਜ ਦੇ ਵਿੱਚ ਵੀ ਤੁਹਾਨੂੰ ਜਿਹੜਾ ਵੀਜ਼ਾ ਲਵਾ ਕੇ ਦਿੰਦੇ ਹੈਗੇ ਹਾਂ। ਸਾਡੀ ਤੁਸੀਂ ਜਿਹੜੀ ਲੇਟੈਸਟ ਅਪਡੇਟ ਕੀਤੀ ਹੋਈ ਵੀਡੀਓ ਵੀ ਦੇਖ ਸਕਦੇ ਹੋ। ਹੁਣੇ ਇਸ ਤੋਂ ਪਹਿਲਾਂ ਸਾਡਾ 21 ਸਾਲ ਦੀ ਉਮਰ ਦੇ ਵੀਜ਼ਾ ਆਇਆ ਸੀਗਾ, ਇੱਕ 22 ਸਾਲ ਦਾ ਕੈਨੇਡਾ ਦਾ, ਅਤੇ ਅੱਜ ਇਹਨਾਂ ਦਾ 17 ਸਾਲ ਦੀ ਉਮਰ ਦੇ ਵਿੱਚ ਵੀਜ਼ਾ ਜਿਹੜਾ ਆ ਗਿਆ। ਜਿਹੜਾ ਵੀਜ਼ਾ ਦੋਸਤੋ ਤੁਹਾਡੀ ਪ੍ਰੋਫਾਈਲ 'ਤੇ ਡਿਪੈਂਡ ਕਰਦਾ ਹੈਗਾ। ਜੇ ਤੁਹਾਡੀ  18 ਸਾਲ ਤੋਂ ਉੱਪਰ ਉਮਰ ਹੈਗੀ ਹੈ ਤਾਂ ਤੁਹਾਡੇ ਆਪਣੇ ਪੇਪਰ ਚਾਹੀਦੇ ਨੇ, ਤੁਹਾਡੀ ਇਨਕਮ ਦਾ ਸਾਧਨ ਆਪਣਾ ਚਾਹੀਦਾ। ਜੇ ਤੁਹਾਡੀ ਉਮਰ 18 ਸਾਲ ਤੋਂ ਘੱਟ ਹੈ ਜਾਂ ਤੁਸੀਂ ਸਟੂਡੈਂਟ ਹੈਗੇ ਹੋ, ਫਿਰ ਤੁਹਾਡੇ ਫਾਦਰ ਮਦਰ ਦੀ ਪ੍ਰੋਫਾਈਲ ਜਿਹੜੀ ਹੈਗੀ ਹੈ ਉਹ ਚੱਲ ਜਾਂਦੀ ਹੈ। ਤੁਹਾਡੇ ਫਾਦਰ ਮਦਰ ਦੀ ਪ੍ਰੋਫਾਈਲ 'ਤੇ ਵੀ ਤੁਸੀਂ ਆਪਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਜਿਵੇਂ ਜੈਦੀਪ ਦਾ ਜਿਹੜਾ ਵੀਜ਼ਾ ਹੈਗਾ, ਅਸੀਂ ਇਹਨਾਂ ਦੀ ਫਾਦਰ ਅਤੇ ਮਦਰ ਦੀ ਪ੍ਰੋਫਾਈਲ 'ਤੇ ਅਪਲਾਈ ਕੀਤਾ ਸੀਗਾ। ਸੋ ਇਹਨਾਂ ਦਾ ਵੀਜ਼ਾ ਲੱਗ ਕੇ ਆਇਆ, ਔਰ ਮਹਾਰਾਜ ਨੇ ਕਿਰਪਾ ਕੀਤੀ ਹੈ, ਵੀਜ਼ਾ ਵੀ 3 ਸਾਲ ਦਾ ਲੱਗ ਕੇ ਆਇਆ, 3 ਸਾਲ ਦਾ ਆਸਟ੍ਰੇਲੀਆ ਦਾ ਮਲਟੀਪਲ ਐਂਟਰੀ ਵੀਜ਼ਾ ਲੱਗ ਕੇ ਆਇਆ। ਸੋ ਜਿਹੜੇ ਕਹਿੰਦੇ ਨੇ ਕਿ ਯੰਗ ਏਜ ਦੇ ਵਿੱਚ ਵੀਜ਼ਾ ਨਹੀਂ ਲੱਗਦਾ, ਉਹ ਵੀਡੀਓ ਦੇਖ ਸਕਦੇ ਹੈ। ਅਸੀਂ ਇਹ ਦਾਅਵੇ ਨਾਲ ਹੀ ਕਠੋਕ ਕੇ ਕਹਿੰਦੇ ਹਾਂ ਕਿ ਕਿਸੇ ਵੀ ਉਮਰ ਦੇ ਵਿੱਚ ਤੁਸੀਂ ਆਪਦਾ ਵੀਜ਼ਾ ਲੈ ਸਕਦੇ ਹੋ, ਬਸ਼ਰਤੇ ਤੁਹਾਡੇ ਪੇਪਰ ਜਿਹੜੇ ਉਹ ਸਹੀ ਹੋਣ, ਤੁਹਾਡੀ ਪ੍ਰੋਫਾਈਲ ਵਧੀਆ ਹੋਵੇ, ਅਤੇ ਤੁਹਾਡੀ ਫਾਈਲ ਜਿਹੜੀ ਹੈਗੀ ਹੈ ਉਹ ਵਧੀਆ ਤਰੀਕੇ ਨਾਲ ਲੱਗੀ ਹੋਵੇ, ਤੁਸੀਂ ਕਿਸੇ ਵੀ ਉਮਰ ਦੇ ਵਿੱਚ ਆਪਦਾ ਵੀਜ਼ਾ ਲੈ ਸਕਦੇ ਹੋ, ਜਿਵੇਂ ਜੈਦੀਪ ਦਾ ਵੀਜ਼ਾ 17 ਸਾਲ ਦੀ ਉਮਰ ਦੇ ਵਿੱਚ ਆਇਆ ਹੈਗਾ। ਸੋ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਆਪਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਸਾਨੂੰ ਜੇ ਮਿਲਣਾ ਚਾਹੁੰਦੇ ਹੋ, ਸਾਡੀਆਂ ਦੋਸਤੋ 5 ਬ੍ਰਾਂਚਿਸ ਨੇ, ਤੁਸੀਂ ਸਾਨੂੰ ਮੋਹਾਲੀ, ਬਰਨਾਲਾ, ਮੁਕਤਸਰ, ਜਲੰਧਰ, ਅੰਮ੍ਰਿਤਸਰ ਕਿਤੇ ਵੀ ਮਿਲ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਕਰੀਨ ਦੇ ਉੱਤੇ ਨੰਬਰਾਂ 'ਤੇ ਕਾਲ ਕਰਕੇ ਆਪਦਾ ਕੇਸ ਡਿਸਕਸ ਕਰ ਸਕਦੇ ਹੋ, ਆਪਦਾ ਕੇਸ ਅਪਲਾਈ ਕਰ ਸਕਦੇ ਹੋ। ਬਹੁਤ ਧੰਨਵਾਦ।